ਮੌਜੂਦਾ ਮਾਨ ਸਰਕਾਰ ਅਸੈਂਬਲੀ ਦੇ ਵਿੱਚ ਇਹ ਮਤਾ ਪਾਵੇ, ਇਹ ਮਤਲਬ ਬਿੱਲ ਲੈ ਕੇ ਆਵੇ ਕਿ ਉਹ 78-80 ਅਸੀਂ ਤਿੰਨ ਧਰਾਵਾਂ ਅਸੀਂ ਰੱਦ ਕਰਦੇ ਹਾਂ। ਉਹ ਕਾਨੂੰਨ ਬਣੇ ਆਟੋਮੈਟਿਕਲੀ ਕੇਂਦਰ ਦਾ ਅਧਿਕਾਰ ਪੰਜਾਬ ਦੇ ਪਾਣੀਆਂ 'ਤੇ ਖਤਮ ਹੋਊਗਾ। ਦੂਸਰਾ ਹੈਗਾ ਕਿ ਜਿਹੜਾ ਭਾਰਤ ਪਾਕਿਸਤਾਨ ਦਾ ਵਪਾਰ ਆ ਉਹ ਵਾਹਗਾ ਸੈਨੀ ਵਾਲਾ ਇਹਨਾਂ ਬਾਰਡਰਾਂ ਦੇ ਰਾਹੀਂ ਖੋਲ੍ਹਿਆ ਜਾਵੇ। ਇੱਕ ਪਾਸੇ ਤਾਂ ਗਡਕਰੀ ਨੂੰ ਫਿਕਰ ਹੈ ਕਿ ਵੱਡੇ ਵੱਡੇ ਫਲਾਈਓਵਰ ਜਿਹੜੇ ਪੰਜਾਬ 'ਚ ਉਹ ਬੰਨੇ ਚਾਹੀਦੇ ਹੈਗੇ ਆ, ਵੱਡੇ ਵੱਡੇ ਪ੍ਰੋਜੈਕਟ ਸੜਕੀ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰਕੇ ਅਤੇ ਕਹਿੰਦੇ ਇਹਦੇ ਨਾਲ ਵਿਕਾਸ ਕਰਨਾ, ਅਤੇ ਜਿਹੜੀ ਆ 1971 ਦਾ ਸੈਨੀ ਵਾਲਾ ਬਾਰਡਰ ਬੰਦ ਹੈਗਾ ਉਹ ਸੜਕ ਪੱਟ ਤਾਂ ਨਹੀਂ ਦਿੱਤੀ ਕਿਸੇ ਨੇ। ਇੰਨੇ ਹੀ ਕਰਜ਼ੇ 'ਤੇ ਜਿਹੜੀ ਲੀਕ ਹੈਗੀ ਆ ਉਹ ਕਾਰਪੋਰੇਟ ਘਰਾਣੇ ਦੇ ਵੱਜ ਚੁੱਕੀ ਹੈ। ਕਾਰਪੋਰੇਟ ਘਰਾਣੇ ਇਸ ਮੁਲਕ ਨੂੰ ਕੀ ਦਿੰਦੇ ਆ? ਸਵਾਈ ਲੁੱਟਣ ਤੋਂ ਕੁਛ ਨਹੀਂ ਦਿੰਦੇ ਗੇ। ਇਸ ਮੁਲਕ ਦਾ ਢਿੱਡ ਕੌਣ ਭਰਦਾ? ਕਿਸਾਨ ਭਰਦਾ। ਇਸ ਮੁਲਕ 'ਚ ਜੋ ਕੁਛ ਪੈਦਾ ਹੁੰਦਾ, ਫੈਕਟਰੀਆਂ 'ਚ ਬਣਦਾ, ਸੜਕਾਂ ਬਣੀਆਂ, ਹਸਪਤਾਲ ਬਣੇ, ਉਹ ਮਜ਼ਦੂਰ ਬਣਾਉਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਬਾਰ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਦਾ ਇੱਕ ਪ੍ਰਦਰਸ਼ਨ ਚੱਲ ਰਿਹਾ। ਅੱਜ ਸਾਡੇ ਨਾਲ ਨੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ, ਦੀਪ ਸਿੰਘ ਵਾਲਾ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ, ਅੱਜ ਕੀ ਮੰਗਾਂ? ਦੇਖੋ, ਅੱਜ ਅਸੀਂ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਹਾਂ, ਪਹਿਲੇ ਨੰਬਰ 'ਤੇ ਕਿ ਹਰ ਖੇਤ ਤੱਕ ਨਹਿਰੀ ਪਾਣੀ, ਸਾਰਾ ਸਾਲ ਜਿੰਨੀ ਕਿਸਾਨ ਨੂੰ ਜ਼ਰੂਰਤ ਆ, ਹਰ ਪਿੰਡ ਤੱਕ ਪੀਣ ਵਾਲਾ ਭਾਖੜਾ ਦਾ ਨੀਲੀ ਭਾਅ ਮਾਰਦਾ ਪਾਣੀ। ਇਹ ਤਾਂ ਮਿਲੂਗਾ ਜੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਹੱਲ ਹੋਊਗਾ। ਔਰ ਇਹਦੇ ਵਾਸਤੇ ਜਿਹੜਾ ਸਾਡਾ ਪਾਣੀ ਖੋਇਆ ਗਿਆ, ਕੇਂਦਰ ਨੇ ਪੰਜਾਬ ਦੇ ਪਾਣੀ 'ਤੇ ਡਾਕਾ ਮਾਰਿਆ। ਜਿਹੜੀ ਪੰਜਾਬ ਪੁਨਰਗਠਨ ਐਕਟ ਦੀ ਦਾ ਸੈਕਸ਼ਨ 78-80 ਆ, ਜਿਹਦੇ 'ਤੇ ਕੇਂਦਰ ਨੇ ਅਧਿਕਾਰ ਲੈ ਲਿਆ, ਅਸੀਂ ਮੰਗ ਕਰਦੇ ਹਾਂ ਅੱਜ ਦੇ ਧਰਨੇ ਰਾਹੀਂ ਕਿ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਅਸੈਂਬਲੀ ਦੇ ਵਿੱਚ ਇਹ ਮਤਾ ਪਾਵੇ, ਇਹ ਮਤਲਬ ਬਿੱਲ ਲੈ ਕੇ ਆਵੇ ਕਿ ਉਹ 78-80 ਤਿੰਨ ਧਰਾਵਾਂ ਅਸੀਂ ਰੱਦ ਕਰਦੇ ਹਾਂ। ਉਹ ਕਾਨੂੰਨ ਬਣੇ ਆਟੋਮੈਟਿਕਲੀ ਕੇਂਦਰ ਦਾ ਅਧਿਕਾਰ ਪੰਜਾਬ ਦੇ ਪਾਣੀਆਂ 'ਤੇ ਖਤਮ ਹੋਊਗਾ। ਪਹਿਲਾ ਤਾਂ ਮਸਲਾ ਹੈਗਾ ਇਹ। ਦੂਸਰਾ ਹੈਗਾ ਕਿ ਜਿਹੜਾ ਭਾਰਤ ਪਾਕਿਸਤਾਨ ਦਾ ਵਪਾਰ ਆ ਉਹ ਵਾਹਗਾ ਸੈਨੀ ਵਾਲਾ ਇਹਨਾਂ ਬਾਰਡਰਾਂ ਦੇ ਰਾਹੀਂ ਖੋਲ੍ਹਿਆ ਜਾਵੇ। ਇਹ ਸੜਕੀ ਰਸਤੇ ਪੂਰਾ ਮਿਡਲ ਈਸਟ ਗਾਂ ਯੂਰਪ ਤੱਕ 70% ਦੁਨੀਆ ਸੜਕੀ ਰਸਤੇ ਜਿਹੜੀ ਹੈਗੀ ਹੈ ਦੁਰਤੀ ਆ। ਇੱਕ ਪਾਸੇ ਤਾਂ ਗਡਕਰੀ ਨੂੰ ਫਿਕਰ ਹੈ ਕਿ ਵੱਡੇ ਵੱਡੇ ਫਲਾਈਓਵਰ ਜਿਹੜੇ ਪੰਜਾਬ 'ਚ ਉਹ ਬੰਨੇ ਚਾਹੀਦੇ ਹੈਗੇ ਆ, ਵੱਡੇ ਵੱਡੇ ਪ੍ਰੋਜੈਕਟ ਸੜਕੀ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰਕੇ ਅਤੇ ਕਹਿੰਦੇ ਇਹਦੇ ਨਾਲ ਵਿਕਾਸ ਕਰਨਾ, ਅਤੇ ਜਿਹੜੀ ਆ 1971 ਦਾ ਸੈਨੀ ਵਾਲਾ ਬਾਰਡਰ ਬੰਦ ਹੈਗਾ ਉਹ ਸੜਕ ਪੱਟ ਤਾਂ ਨਹੀਂ ਦਿੱਤੀ ਕਿਸੇ ਨੇ? ਸੜਕ ਉਸੇ ਤਰ੍ਹਾਂ ਖੜੀ, ਉਹ 53 ਸਾਲ ਤੋਂ ਉਹ ਰਸਤਾ ਬੰਦ ਆ। ਇਹ ਪੁਲਵਾਮਾ ਦਾ ਹਮਲਾ ਬਹਾਨਾ ਬਣਾ ਕੇ ਵਾਹਗਾ ਅਟਾਰੀ ਬਾਰਡਰ ਵੀ ਇਹਨਾਂ ਨੇ ਬੰਦ ਕੀਤਾ ਹੋਇਆ। ਤੋ ਪੰਜਾਬ ਦੀ ਜਿਹੜੀ ਖੁਸ਼ਹਾਲੀ ਹੈਗੀ ਆ ਉਹ ਇਸ ਗੱਲ ਨਾਲ ਵੀ ਜੁੜੀ ਹੋਈ ਆ ਕਿ ਇਹਨਾਂ ਸੁੱਕੇ ਰਸਤਿਆਂ ਰਾਹੀਂ ਜਿਹੜਾ ਵਪਾਰ ਆ ਪੰਜਾਬ ਦੇ ਰਸਤੇ ਦੋਨਾਂ ਪੰਜਾਬਾਂ ਦਾ ਫਿਰ ਪੂਰੀ ਦੁਨੀਆ ਦੇ ਨਾਲ ਜਿਹੜਾ ਹੈਗਾ ਉਹ ਜੁੜੇ। ਤੀਸਰਾ ਕਿ ਇਸ ਮੁਲਕ ਦੇ ਵਿੱਚ 18 ਲੱਖ ਕਰੋੜ ਰੁਪਈਆ ਕਿਸਾਨੀ ਦੇ ਸਿਰ ਕਰਜ਼ਾ। ਇੰਨੇ ਹੀ ਕਰਜ਼ੇ 'ਤੇ ਜਿਹੜੀ ਲੀਕ ਹੈਗੀ ਆ ਉਹ ਕਾਰਪੋਰੇਟ ਘਰਾਣੇ ਦੇ ਵੱਜ ਚੁੱਕੀ ਹੈਗੀ ਆ। ਕਾਰਪੋਰੇਟ ਘਰਾਣੇ ਇਸ ਮੁਲਕ ਨੂੰ ਕੀ ਦਿੰਦੇ ਆ? ਸਵਾਈ ਲੁੱਟਣ ਤੋਂ ਕੁਛ ਨਹੀਂ ਦਿੰਦੇ ਗੇ। ਇਸ ਮੁਲਕ ਦਾ ਢਿੱਡ ਕੌਣ ਭਰਦਾ? ਕਿਸਾਨ ਭਰਦਾ। ਇਸ ਮੁਲਕ 'ਚ ਜੋ ਕੁਛ ਪੈਦਾ ਹੁੰਦਾ, ਫੈਕਟਰੀਆਂ 'ਚ ਬਣਦਾ, ਸੜਕਾਂ ਬਣੀਆਂ, ਹਸਪਤਾਲ ਬਣੇ, ਉਹ ਮਜ਼ਦੂਰ ਬਣਾਉਂਦਾ। ਇਸ ਕਰਕੇ ਕਿਸਾਨ ਅਤੇ ਮਜ਼ਦੂਰ ਦੇ ਜਿਹੜੇ ਕਰਜ਼ੇ 'ਤੇ ਲੀਕ ਹੈਗੀ ਆ ਉਹ ਵੱਜਣੀ ਚਾਹੀਦੀ ਆ, ਅਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਜਬ ਦਾਮ 'ਤੇ ਹੋਣੀ ਚਾਹੀਦੀ ਆ। ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਪੂਰੇ ਪੰਜਾਬ ਦੇ ਮੰਤਰੀਆਂ ਸਪੀਕਰ ਅਤੇ ਡਿਪਟੀ ਸਪੀਕਰ ਦੇ ਘਰ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨੇ ਦੇ ਰਹੇ ਹੈਗੇ। ਤੁਸੀਂ ਪਾਣੀ ਦੀ ਗੱਲ ਕੀਤੀ, ਨਹਿਰੀ ਪਾਣੀ ਦੀ। ਪੰਜਾਬ ਸਰਕਾਰ ਨੇ ਤਾਂ ਫਿਰ ਐਲਾਨ ਕੀਤਾ ਵੀ ਅਸੀਂ ਮਾਲਵਾ ਨਹਿਰ ਬਣਾ ਰਹੇ ਹਾਂ। ਦੇਖੋ, ਮਾਲਵਾ ਨਹਿਰ 'ਤੇ ਸਾਡੇ ਬੜੇ ਸਵਾਲ ਨੇ। ਪੰਜਾਬ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਕੱਢ ਦਿੱਤਾ ਗਿਆ। ਪੰਜਾਬ ਦੇ ਹੈੱਡਵਰਕਸ ਦਾ ਕੰਟਰੋਲ BBMB ਕੋਲ ਆ,
ਔਰ BBMB ਦਾ ਕੰਟਰੋਲ ਕੇਂਦਰ ਕੋਲੇ ਆ। ਜਦੋਂ ਹਰੀਕੇ ਹੈੱਡਵਰਕਸ ਦਾ ਕੰਟਰੋਲ ਕੇਂਦਰ ਕੋਲੇ ਆ, ਪੰਜਾਬ ਸਰਕਾਰ ਉੱਥੋਂ ਨਹਿਰ ਕੱਢ ਰਹੀ ਆ ਕਿ ਹੈੱਡਵਰਕਸ ਦਾ ਕੰਟਰੋਲ ਇਹਨਾਂ ਕੋਲੇ ਆ ਗਿਆ। ਦੂਸਰੀ ਗੱਲ, ਹੈੱਡਵਰਕਸ ਦਾ ਕੰਟਰੋਲ ਜਦੋਂ ਕੇਂਦਰ ਕੋਲੇ ਆ ਤੇ ਨਹਿਰ ਦੇ ਵਾਸਤੇ ਅੱਧੀ ਤੋਂ ਵੱਧ ਜ਼ਮੀਨ ਰਾਜਸਥਾਨ ਦੇ ਰਿਹਾ, ਰਾਜਸਥਾਨ ਨੂੰ ਕੀ ਫਿਕਰ ਪੈ ਗਈ ਸਾਡੇ ਕਿਸਾਨਾਂ ਦੀ? ਫਿਰ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਆ ਕਿ ਅਸੀਂ 62 ਪਿੰਡਾਂ ਦੇ 2 ਲੱਖ ਕਿੱਲੇ ਜ਼ਮੀਨ ਨੂੰ ਜਿਹੜਾ ਹੈਗਾ ਉਹ ਅਸੀਂ ਪਾਣੀ ਦੇਣਾ ਅਤੇ ਨਹਿਰ ਕੱਢਣੀ ਆ 2000 ਕਿਊਸਕ ਦੀ। 1882 ਦੇ ਵਿੱਚ ਜਿਹੜਾ ਵਾਟਰ ਅਲਾਇੰਸ ਅੰਗਰੇਜ਼ਾਂ ਦੇ ਵੇਲੇ ਸੀ ਉਹ ਉਵੇਂ ਅੱਜ ਵੀ ਉਵੇਂ ਹੈਗਾ, 3.05 ਕਿਊਸਕ ਪਾਣੀ ਆ 1000 ਕਿੱਲੇ ਦੇ ਮਗਰ, ਜਿਹੜਾ ਕਿ ਸਾਨੂੰ 1882 ਦਾ ਵਾਟਰ ਅਲਾਉਂਸ ਆ। ਇਹ ਉਦੋਂ ਸੀ ਜਦੋਂ ਸਾਲ 'ਚ ਇੱਕ ਫਸਲ ਹੁੰਦੀ ਸੀ, ਹੁਣ ਤਾਂ 3-3 ਫਸਲਾਂ ਹੋ ਗਈਆਂ, ਹੁਣ ਤਾਂ ਇਹ 9-10 ਕਿਊਸਕ ਤੱਕ ਜਾਣਾ ਚਾਹੀਦਾ, ਤਿੱਗਣਾ ਪਾਣੀ ਮਿਲਣਾ ਚਾਹੀਦਾ, ਪਾਣੀ ਓਨਾ ਹੀ ਆ। ਪਾਣੀ ਦੂਜੇ ਸੂਬਿਆਂ ਨੇ ਕੇਂਦਰ ਨੇ ਜਿਹੜੀ ਪਾਣੀਆਂ ਦੀ ਵੰਡ ਕੀਤੀ ਉਹ 'ਚ ਪੰਜਾਬ ਦੇ ਕੋਲ ਪਾਣੀ ਜਿੰਨਾ ਹੈਗਾ ਉਹ ਅਸੀਂ ਵਰਤ ਰਹੇ ਹੈਗੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ 1882 ਤੋਂ ਸਰਹੰਦ ਵਾਲਾ ਸਿਸਟਮ ਹੈਗਾ, ਜਿਹੜਾ ਭਾਖੜਾ ਤੋਂ ਨਹਿਰ ਨਿਕਲਦੀ ਆ, ਸਰਹੰਦ ਜਿਹੜਾ ਕਨਾਲ ਸਿਸਟਮ ਆ ਉਹਦੇ 'ਚੋਂ ਅਗਾਂਹ ਨਿਕਲ ਜਾਂਦੀ ਆ, ਸਿੱਧਵਾਂ ਬੇਟ ਬ੍ਰਾਂਚ ਨਿਕਲਦੀ ਆ, ਅਬੋਹਰ ਬ੍ਰਾਂਚ, ਪਟਿਆਲਾ ਬ੍ਰਾਂਚ, ਬਠਿੰਡਾ ਬ੍ਰਾਂਚ, ਇਹ ਸਾਰਿਆਂ ਨੂੰ 3.05 ਕਿਊਸਕ ਪਾਣੀ ਆ 1000 ਕਿੱਲੇ ਮਗਰ। 3 ਕਿਊਸਕ ਮੰਨ ਲਓ ਆਪਾਂ ਕਿੱਲੇ ਦਾ, 1000 ਕਿੱਲੇ ਮਗਰ ਮੰਨ ਲਿਆ, 10000 ਕਿੱਲੇ ਦਾ ਬਣ ਗਿਆ 30 ਕਿਊਸਕ, 1 ਲੱਖ ਕਿੱਲੇ ਦਾ ਬਣ ਗਿਆ 300 ਕਿਊਸਕ, 2 ਲੱਖ ਕਿੱਲੇ ਦਾ ਬਣ ਗਿਆ 600 ਕਿਊਸਕ। 2 ਲੱਖ ਕਿੱਲੇ ਨੂੰ ਪਾਣੀ ਦੇਣਾ ਭਗਵੰਤ ਮਾਨ ਸਾਹਿਬ ਕਹਿੰਦੇ, 600 ਕਿਊਸਕ ਬਣ ਗਿਆ, ਨਹਿਰ 2000 ਕਿਊਸਕ ਦੀ ਕੱਢਣੀ ਆ, 1400 ਕਿਊਸਕ ਕਿਹਨੂੰ ਦੇਣਾ? ਇਹ ਰਾਜਸਥਾਨ ਨੂੰ ਪਾਣੀ ਹੋਰ ਕੱਢਣਾ? ਇਸ ਗੱਲ ਦਾ ਜਵਾਬ ਭਗਵੰਤ ਮਾਨ 'ਤੇ ਕੋਈ ਬੰਦਾ ਦੇਵੇ ਵੀ ਦੱਸੋ ਤੁਸੀਂ ਵੀ ਜਿਹੜਾ ਵਾਟਰ ਅਲਾਉਂਸ ਇੰਨਾ ਤੁਸੀਂ ਕਿਵੇਂ ਵਧਾ ਤਾ? ਠੀਕ ਆ, ਰਾਜਸਥਾਨ ਦੀ ਸਰਕਾਰ ਇੰਨੀ ਭਲੀ ਹੋ ਗਈ ਵੀ ਤੁਹਾਨੂੰ ਜ਼ਮੀਨ ਫ੍ਰੀ 'ਚ ਦੇ ਰਹੀ ਆ, ਉਹਨਾਂ ਨੇ ਜ਼ਮੀਨ ਇਸ ਸ਼ਰਤ ਦਿੱਤੀ ਕਿ ਨਹਿਰ ਦੀ ਟੇਲ ਜਿਹੜੀ ਆ ਰਾਜਸਥਾਨ 'ਚ ਪੈਣੀ ਆ। ਅਤੇ ਜਿਵੇਂ ਕ੍ਰਿਸ਼ਨ ਕੁਮਾਰ ਨੇ ਕੀਤਾ, ਮੋਗੇ ਉੱਚੇ ਕਰਤੇ, ਮੋਗਿਆਂ ਦੇ ਸਾਈਜ਼ ਛੋਟੇ ਕਰਤੇ, ਅਤੇ ਇਹ ਕਹਿਤਾ ਹੁਣ ਤੁਸੀਂ ਇੱਕ ਮੋਟਰ ਦਾ ਪਾਣੀ ਛੱਡ ਦਿਓ, ਜਦੋਂ ਬੋਰਾਂ 'ਚ ਪਾਣੀ ਪੈਣਾ ਨਹੀਂ ਟੇਲ ਤੱਕ ਤਾਂ ਉਹਨੇ ਜਾਣਾ ਹੀ ਜਾਣਾ ਹੈਗਾ, ਟੇਲਾਂ ਦੀਆਂ ਵੀਡੀਓ ਬਣਾ ਬਣਾ ਕੇ ਤੁਸੀਂ ਪਾਈ ਜਾਓ ਅਤੇ ਲੋਕਾਂ ਦਾ ਨਹਿਰੀ ਪਾਣੀ ਜਿਹੜਾ ਤੁਸੀਂ ਖੋਈ ਜਾਓ। ਕ੍ਰਿਸ਼ਨ ਕੁਮਾਰ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ ਸੈਕਟਰੀ ਆ, ਪਹਿਲਾਂ ਉਹਨੇ ਭੱਠਾ ਬਿਠਾਇਆ ਐਜੂਕੇਸ਼ਨ ਡਿਪਾਰਟਮੈਂਟ ਦਾ, ਅਤੇ ਹੁਣ ਭੱਠਾ ਬਿਠਾਇਆ ਹੈਗਾ ਜਿਹੜਾ ਨਹਿਰੀ ਮਹਿਕਮੇ ਦਾ ਭੱਠਾ ਜਿਹੜਾ ਬਿਠਾ ਰਹੇ ਆ। ਪਟਵਾਰੀਆਂ ਨੇ ਹੜਤਾਲ ਕੀਤੀ, ਇਹੀ ਕਹਿਣਾ ਪਟਵਾਰੀਆਂ ਨੂੰ ਕਾਗਜ਼ਾਂ 'ਚ ਤੁਸੀਂ ਦਿਖਾ ਦਿਓ ਕਿ 100% ਵਾਹਨ ਜਿਹੜਾ ਹੈਗਾ ਉਹ ਕਮਾਂਡ ਏਰੀਏ 'ਚ ਆਉਂਦਾ, ਯਾਨੀ ਕਿ ਸਾਰੇ ਨੂੰ ਪਾਣੀ ਜਿਹੜਾ ਹੈਗਾ ਲੱਗਦਾ। ਤੋ ਇਹ ਜਿਹੜਾ ਹੈਗਾ ਇੱਕ ਫਰੋਡ ਹੈ ਪੰਜਾਬ ਦੇ ਵਿੱਚ। ਜੇ ਤੁਸੀਂ ਨਹਿਰਾਂ ਕੱਢਣੀਆਂ ਨੇ, ਪੰਜਾਬ 'ਚ ਪਾਣੀ ਵਧਾਉਣਾ ਹੈਗਾ, ਪਹਿਲੇ ਨੰਬਰ 'ਤੇ ਪੰਜਾਬ ਦੇ ਪਾਣੀਆਂ ਦਾ ਫੈਸਲਾ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਹੋਊਗਾ ਤਾਂ ਹੋਊਗਾ, ਅਦਰਵਾਈਜ਼ ਤਾਂ ਇਹ ਇੱਕ ਜਿਵੇਂ ਮਤਲਬ ਹੈਗਾ ਕਿ ਇੱਕ ਇਹ ਜਿਹੜੇ ਅਸੀਂ ਸਵਾਲ ਖੜ੍ਹੇ ਕੀਤੇ ਆ ਇਹਨਾਂ ਸਵਾਲਾਂ ਦਾ ਜਵਾਬ ਦੇਵੇ ਪੰਜਾਬ ਸਰਕਾਰ, ਪਤਾ ਲੱਗ ਜੂਗਾ ਵੀ ਨਹਿਰ ਕੱਢ ਕਿੰਦੇ ਲਈ ਰਹੇ ਹੈਗੇ। ਜਦੋਂ ਪਾਣੀ ਦੀ ਗੱਲ ਆਉਂਦੀ ਹੈ ਤਾਂ ਇਹ ਵੀ ਇਲਜ਼ਾਮ ਲੱਗਣ ਲੱਗ ਜਾਂਦੇ ਕਿਸਾਨ ਜਥੇਬੰਦੀਆਂ 'ਤੇ ਵੀ, ਜਿਵੇਂ ਜਦੋਂ ਸਰਕਾਰ ਕਹਿੰਦੀ 20 ਜੂਨ ਨੂੰ ਝੋਨਾ ਬੀਜ ਲਓ ਤਾਂ ਕਿਸਾਨ ਜਥੇਬੰਦੀਆਂ ਕਹਿ ਦਿੰਦੀਆਂ ਨਹੀਂ ਜੀ ਅਸੀਂ ਤਾਂ 10 ਤੋਂ ਵੀ ਪਹਿਲਾਂ ਬੀਜਾਂਗੇ। ਕਿੱਥੇ 10 ਤੋਂ ਪਹਿਲਾਂ ਬੀਜਿਆ? ਕੋਈ ਇੱਕ ਪਿੰਡ ਦੱਸੋ, ਕਿਤੇ ਨਹੀਂ ਬੀਜਿਆ। ਮਤਲਬ ਇਹ ਸਿਰਫ ਸੋਸ਼ਲ ਮੀਡੀਆ 'ਤੇ, ਵੈਸੇ ਹੀ ਸੋਸ਼ਲ ਮੀਡੀਆ 'ਤੇ ਤਾਂ ਜੋ ਮਰਜ਼ੀ ਕੋਈ ਕਹੀ ਜਾਵੇ, ਸੋਸ਼ਲ ਮੀਡੀਆ 'ਤੇ ਕਹਿਣ ਨਾਲ ਕੀ ਹੁੰਦਾ? ਠੀਕ ਹੈ, ਸੋਸ਼ਲ ਮੀਡੀਆ 'ਤੇ ਤਾਂ ਮਤਲਬ ਕੌਣ ਆ ਉਹ, ਇਹ ਕਿਸੇ ਕੋਈ ਇਹ ਕੌਣ ਕਹਿ ਰਿਹਾ ਵੀ ਇੰਨਾ ਰਕਬਾ ਵੀ ਜਿੰਨੀ ਸਰਕਾਰ ਨੇ ਡੇਟ ਅਨਾਊਂਸ ਕੀਤੀ ਸੀ ਉਦੋਂ ਪਹਿਲਾਂ ਲੱਗ ਗਿਆ, ਉਹ ਤਾਂ ਜਾ ਕੇ ਵਾਹ ਦਿੰਦੇ ਆ ਖੇਤੀਬਾ੡ੀ ਮਹਿਕਮੇ ਦੇ ਅਧਿਕਾਰੀ, ਅਤੇ ਕਿਤੇ ਵੀ ਇੱਕ ਮਰਲਾ ਵੀ ਝੋਨਾ ਪਹਿਲਾਂ ਨਹੀਂ ਲੱਗਦਾ ਹੈਗਾ, ਉਹ ਜਿਹੜੇ ਇਲਾਕਿਆਂ ਨੂੰ ਸੇਮ ਵਾਲੇ ਇਲਾਕਿਆਂ ਨੂੰ ਛੋਟ ਆ ਉੱਥੋਂ ਲੱਗਦਾ ਹੈਗਾ। ਹਾਂ ਇਹ ਹੈਗਾ ਕਿ ਝੋਨਾ 15 ਤਰੀਕ ਤੋਂ ਲਾਉਣ ਦਾ ਹੈਗਾ, ਹਾਂ ਹੋ ਸਕਦਾ ਕਹਿੰਦੇ 14 ਤੋਂ ਸ਼ੁਰੂ ਕਰਤਾ ਹੋਵੇ, ਕਹਿੰਦੇ 15 ਤੋਂ ਕਿਹਾ ਕੋਈ 5 ਤੋਂ ਲਾ ਦੂਗਾ, 1 ਤਰੀਕ ਤੋਂ ਲਾ ਦੂਗਾ, ਇੱਦਾਂ ਪੰਜਾਬ 'ਚ ਨਹੀਂ ਹੁੰਦਾ ਹੈਗਾ, ਇਹ ਸਿਰਫ ਕੂੜ ਪ੍ਰਚਾਰ ਆ। ਜਿਵੇਂ ਹਰਿਆਣੇ ਦੀ ਹੁਣ ਸਰਕਾਰ ਸੀਗੀ ਉਹਨੇ MSP ਦਾ ਐਲਾਨ ਕਰ ਦਿੱਤਾ, ਅਤੇ ਸੋਸ਼ਲ ਮੀਡੀਆ 'ਤੇ ਵੀ
ਜਾਂ ਜਿਹੜੇ ਸਿਆਸੀ ਪਾਰਟੀਆਂ ਦੇ ਆਈਟੀ ਸੈੱਲ ਆ ਉਹ ਕਹਿੰਦੇ ਵੀ ਹੁਣ ਕਿਸਾਨ ਉਹਨਾਂ ਤੋਂ ਕਿਉਂ ਨਹੀਂ ਮੰਗ ਕਰਦੇ ਪੰਜਾਬ ਸਰਕਾਰ ਤੋਂ ਕੀ ਜਿਹੜੀਆਂ ਸਟੇਟ ਗੌਰਮੈਂਟ ਆ ਉਹ MSP ਦੇ ਸਕਦੀਆਂ? ਐਗਰੀਕਲਚਰ ਜਿਹੜਾ ਹੈਗਾ ਉਹ ਸਟੇਟ ਸਬਜੈਕਟ ਆ, ਸੂਬਿਆਂ ਦਾ ਅਧਿਕਾਰ ਖੇਤਰ ਆ ਖੇਤੀਬਾੜੀ, ਠੀਕ ਆ, ਦੇ ਸਕਦੀਆਂ ਨੇ। ਕੇਰਲਾ ਦੀ ਸਰਕਾਰ ਨੇ ਫਲਾਂ ਅਤੇ ਸਬਜ਼ੀਆਂ 'ਤੇ ਜਿਹੜਾ ਹੈਗਾ ਅਨਾਊਂਸ ਕੀਤਾ ਹੋਇਆ, ਇਸ ਕਰਕੇ ਇਹ ਕੋਈ ਦਿੱਕਤ ਨਹੀਂ ਹੈਗੀਆਂ, ਉਹ ਦੇ ਸਕਦੀਆਂ ਨੇ। ਜਿੰਨੀ ਇਹਨਾਂ ਨੂੰ ਕੈਸ਼ ਕ੍ਰੈਡਿਟ ਲਿਮਿਟ ਮਿਲਦੀ ਹੈਗੀ ਆ ਸੈਂਟਰ ਤੋਂ, ਉਹ ਸਾਰੀ ਨੂੰ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਕਿ ਸਾਨੂੰ ਉੱਨੀ ਦੇਣ, ਅਤੇ ਉਹ ਇੱਥੇ ਬਦਲਵੀਆਂ ਫਸਲਾਂ ਜਿਹੜੀ ਇਕੱਲੀ ਕਣਕ ਝੋਨਾ ਖਰੀਦਣ 'ਤੇ ਕਿਉਂ, ਦੂਜੀਆਂ ਫਸਲਾਂ ਬਿਜਵਾਉਣ, ਉਹਦਾ ਵੀ ਜਿਹੜੀ ਹੈਗੀ ਆ ਖਰੀਦ ਕਰਨ। ਸੂਬਾ ਸਰਕਾਰ ਕੋਲੋਂ ਵੀ ਕੁਛ ਕਰੇ, ਸੂਬਾ ਸਰਕਾਰ ਨੂੰ ਕੋਈ ਨਹੀਂ ਰੋਕਦਾ ਗਾ, ਖੇਤੀਬਾੜੀ ਸੂਬਿਆਂ ਦਾ ਅਧਿਕਾਰ ਹੈਗੀ ਆ, ਇਹ MSP ਖੁਦ ਆਪਣੇ ਕੋਲੋਂ ਦੇ ਸਕਦੇ ਹੈ। ਜਿਹੜਾ ਹੁਣ ਇੱਕ ਦੋ ਜਿਹੜੇ DPRO ਦੇ ਪੇਜ ਸੀਗੇ ਉਹਨਾਂ 'ਤੇ ਦੱਸਿਆ ਗਿਆ ਵੀ ਜੇਕਰ ਕਿਸਾਨ ਝੋਨੇ ਦੀ ਫਸਲ ਨਹੀਂ ਬੀਜਣਗੇ ਜਾਂ ਹੋਰ ਕੋਈ ਫਸਲ ਬੀਜਣ, ਉਹਨਾਂ ਨੂੰ 17,000 ਰੁਪਇਆ ਦਿੱਤਾ ਜਾਊਗਾ। ਕੀ ਇਹ ਫਿਰ ਵੀ ਉੱਨੀ ਬਿਜਾਈ ਹੋਈ ਆ ਝੋਨੇ ਦੀ, ਇਹ ਸਰਕਾਰ ਵੱਲੋਂ ਕਮੀ ਰਹਿ ਗਈ ਜਾਂ ਜਾਗਰੂਕਤਾ ਵੱਲੋਂ ਕਮੀ ਰਹਿ ਗਈ? ਦੇਖੋ, ਪਹਿਲੀ ਤਾਂ ਗੱਲ ਕਿ 17,000 ਕਿੱਲੇ ਦਾ ਨਹੀਂ, 17,000 ਹੈਕਟੇਅਰ ਦਾ ਕਿਹਾ, 1 ਹੈਕਟੇਅਰ 'ਚ 2.5 ਕਿੱਲੇ ਹੁੰਦੇ ਆ, ਠੀਕ ਆ। ਦੂਸਰੀ ਗੱਲ ਇਹ, ਜਦੋਂ ਅਨਾਊਂਸਮੈਂਟ ਕੀਤੀ ਉਦੋਂ ਕੀਤੀ ਤਾਂ ਝੋਨਾ ਲੱਗ ਚੁੱਕਾ ਸੀਗਾ, ਠੀਕ ਆ। ਉਹ ਇਸ ਕਰਕੇ ਸਿਰਫ ਇਹ ਭਗਵੰਤ ਮਾਨ ਦਾ ਸਿਰਫ ਇੰਨਾ ਕੁ ਫਰਕ ਪਿਆ ਕਿ ਪਹਿਲਾਂ ਜਿਹੜੀ ਕਮੇਟੀ ਸੀ ਉਹ ਪ੍ਰਾਈਵੇਟ ਸਟੇਜਾਂ 'ਤੇ ਕਰਦਾ ਸੀ, ਹੁਣ ਸਰਕਾਰੀ ਸਟੇਜਾਂ 'ਤੇ ਕਰਨ ਲੱਗਾ, ਸਟੇਜ ਹੀ ਪ੍ਰਾਈਵੇਟ ਤੋਂ ਸਰਕਾਰੀ ਹੋ ਗਈ ਆ। ਗੱਲਾਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਉਹੀ ਆ। ਜੇ ਮੰਨ ਲਓ ਝੋਨੇ ਤੋਂ ਖਹਿੜਾ ਛਡਾਉਣਾ, ਸਰਕਾਰ ਜਿੰਨੀ ਝੋਨੇ ਤੋਂ ਆਮਦਨ ਹੈਗੀ ਆ ਉਹਦੀ ਗਰੰਟੀ ਕਰੇ, ਠੀਕ ਆ। ਅੱਜ ਮੰਨ ਲਓ ਝੋਨਾ ਮੇਰੇ ਵਿੰਦਿਆਂ 40-50 ਮਣ ਤੋਂ 100 ਮਣ ਤੱਕ ਚਲਾ ਗਿਆ, ਦਾਲਾਂ ਛੋਲਿਆਂ ਦਾ ਝਾੜ ਕਿੱਥੇ ਆ? ਦਾਲ ਦੀ MSP 7,000 ਤੋਂ ਉੱਪਰ ਆਉਣਾ, 50 ਮਣ ਝਾੜ ਵਾਲੀ ਦਾਲ ਅੱਜ ਆ ਜੇ 1 ਤੋਂ 1,40,000 ਦੀ ਕਿੱਲੇ ਦੀ ਦਾਲ ਬਣਦੀ ਆ, ਲੋਕ ਦਾਲਾਂ ਵਾਲੇ ਪਾਸੇ ਹੋ ਜਾਣਗੇ, ਖਰੀਦਣ ਦੀ ਗਰੰਟੀ ਕਰੇ, ਨਾਲੇ ਪਾਣੀ ਘੱਟ ਲੱਗੂ, 1,40,000 ਵਾਲੀ ਫਸਲ ਸਾਰੇ ਬੀਜਣਗੇ। ਦਾਲ ਤਾਂ ਨਿਕਲਣੀ ਆ ਜਿਹੜੀ ਹੈਗੀ ਆ 12-13 ਮਣ, ਠੀਕ ਆ, ਝੋਨਾ ਨਿਕਲਦਾ 100 ਮਣ। ਕੋਈ ਦਾਲ ਬੀਜ ਕੇ ਜਿਹੜੀ 85,000 ਵਾਲੀ ਫਸਲ ਛੱਡ ਕੇ 35,000 ਵਾਲੀ ਫਸਲ ਕਿਉਂ ਬੀਜੂਗਾ? ਕੋਈ ਬੰਦਾ ਹੈ ਜਿਹੜਾ ਕਹਿੰਦਾ ਮੈਨੂੰ 85,000 ਵਾਲੀ ਤਾਂ ਨੌਕਰੀ ਮਿਲੀ ਹੋਈ ਆ ਅਤੇ ਮੈਂ 35,000 ਵਾਲੀ ਤਾਂ ਨੌਕਰੀ ਕਰਦਾ ਹੈਗਾ? ਕੋਈ ਹੈ, ਠੀਕ ਆ। ਇਸ ਕਰਕੇ ਸਰਕਾਰ ਨੂੰ ਸਮੁੱਚੀ ਖੇਤੀ ਨੀਤੀ ਬਣਾਉਣੀ ਚਾਹੀਦੀ ਆ, ਐਵੇਂ ਟੋਟਕਿਆਂ ਦੇ ਨਾਲ ਜਾਂ ਐਵੇਂ ਕਿਸ਼ਤਾਂ ਦੇ ਵਿੱਚ ਮਸਲਾ ਹੱਲ ਨਹੀਂ ਹੋਣਾ। ਇਹਦੇ 'ਤੇ ਇੱਕ ਸਮੁੱਚੀ ਨੀਤੀ ਜਿਹੜੀ ਆ ਸਰਕਾਰ ਨੂੰ ਬਣਾਉਣੀ ਚਾਹੀਦੀ, ਤਾਂ ਹੀ ਖੇਤੀ ਸੰਕਟ ਹੱਲ ਹੋ ਸਕਦਾ, ਤਾਂ ਹੀ ਪੰਜਾਬ ਦੇ ਪਾਣੀ ਦਾ ਮਸਲਾ ਵੀ ਹੱਲ ਜਿਹੜਾ ਹੈਗਾ ਉਹ ਹੋ ਸਕਦਾ। ਧੰਨਵਾਦ ਜੀ, ਤੁਸੀਂ ਟਾਈਮ ਦਿੱਤਾ। ਸ਼ੁਕਰੀਆ ਬਾਈ ਜੀ, ਤੁਸੀਂ ਜੁੜੇ ਰਹੋ ਡੇਲੀ ਡੈਸ TV ਦੇ ਨਾਲ। ਬਹੁਤ ਬਹੁਤ ਧੰਨਵਾਦ।